ਨਕੋਦਰ ਵਿਖੇ 10ਵੀਂ ਜਮਾਤ ਵਿੱਚ ਪੜ੍ਹਨ ਵਾਲੀ ਨਾਬਾਲਿਗ ਲੜਕੀ ਨੂੰ ਵਰਗਲਾ ਕੇ ਵਿਆਹ ਦਾ ਝਾਂਸਾ ਦੇ ਕੇ ਜਬਰ ਜਨਾਹ ਕਰਨ ਵਾਲੇ 3 ਮੁਲਜ਼ਮਾਂ 'ਚੋਂ ਮੁੱਖ ਮੁਲਜ਼ਮ ਅਤੇ ਉਸਦੇ ਮਾਸੀ ਦੇ ਲੜਕੇ ਸਮੇਤ ਪੁਲਿਸ ਨੇ 2 ਮੁਲਜ਼ਮਾਂ ਕਾਲਾ ਅਤੇ ਹੈਪੀ ਨੂੰ ਗ੍ਰਿਫਤਾਰ ਕਰ ਲਿਆ, ਜਦਕਿ ਤੀਸਰਾ ਮੁਲਜ਼ਮ ਗਗਨ ਅਜੇ ਵੀ ਫਰਾਰ ਹੈ। ਪੁਲਿਸ ਗ੍ਰਿਫਤਾਰ ਕੀਤੇ ਹੋਏ ਦੋਵਾਂ ਮੁਲਜ਼ਮਾਂ ਕਾਲਾ ਅਤੇ ਹੈਪੀ ਨੂੰ ਮਾਰਜੋਗ ਅਦਾਲਤ ਵਿੱਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਅਤੇ ਵਰਣਨ ਯੋਗ ਹੈ ਕਿ ਇੱਕ 15 ਸਾਲ ਦੀ ਨਾਬਾਲਿਗ ਲੜਕੀ ਜੋ ਕਿ 10ਵੀਂ ਕਲਾਸ ਵਿੱਚ ਪੜ੍ਹਦੀ ਹੈ ਨੇ ਪੁਲਿਸ ਨੂੰ ਬਿਆਨ ਦਿੱਤੇ ਨੇ ਕਿ ਉਸਨੂੰ ਫਿਲੌਰ ਨਜ਼ਦੀਕ ਇੱਕ ਪਿੰਡ ਵਿੱਚ ਰਹਿਣ ਵਾਲੇ ਦੋਸਤ ਲੜਕੇ ਕਾਲਾ ਨੇ ਉਸਨੂੰ ਵਰਗਲਾ ਕੇ ਵਿਆਹ ਦਾ ਝਾਂਸਾ ਦੇ ਕੇ ਮੋਟਰਸਾਈਕਲ ਤੇ ਫਿਲੌਰ ਸਾਈਡ ਤੇ ਲੈ ਗਿਆ ਸੀ ਅਤੇ ਇੱਕ ਪਿੰਡ ਦੇ ਖੂਹ ਤੇ ਰਾਤ ਸਮੇਂ ਉਸਦੇ ਨਾਲ ਜਬਰ ਜਨਾਹ ਕੀਤਾ। ਅਗਲੇ ਦਿਨ ਸਵੇਰੇ ਉਸਨੂੰ ਇਹ ਕਿਹਾ ਕਿ ਉਸਦਾ ਚਾਚਾ ਬਿਮਾਰ ਹੈ ਅਤੇ ਉਸਨੂੰ ਨੂਰਮਹਿਲ ਅੱਡੇ ਆਪਣੇ ਮਾਸੀ ਦੇ ਲੜਕੇ ਹੈਪੀ ਅਤੇ ਗਗਨ ਦੇ ਕੋਲ ਛੱਡ ਗਿਆ। ਇਸ ਤੋਂ ਬਾਅਦ ਦੋਵੇਂ ਲੜਕੇ ਉਸਨੂੰ ਲੁਧਿਆਣਾ ਕਾਰ ਦੇ ਵਿੱਚ ਲੈ ਗਏ ਅਤੇ ਇੱਕ ਹੋਟਲ ਦੇ ਵਿੱਚ ਇਹਨਾਂ ਦੋਵਾਂ ਨੇ ਉਸਦੇ ਨਾਲ ਜਬਰ ਜਨਾਹ ਕੀਤਾ। ਅਗਲੇ ਦਿਨ ਦੋਵੇਂ ਉਸਨੂੰ ਜੰਡਿਆਲਾ ਅੱਡੇ ਤੇ ਛੱਡ ਗਏ। ਉਸਨੇ ਘਰ ਆ ਕੇ ਆਪਣੇ ਮਾਤਾ ਪਿਤਾ ਨੂੰ ਸਾਰੀ ਗੱਲ ਦੱਸੀ। ਪੁਲਿਸ ਨੇ ਕਾਲਾ ਸਮੇਤ ਹੈਪੀ ਅਤੇ ਗਗਨ ਤੇ ਮੁਕੱਦਮਾ ਦਰਜ ਕਰ ਲਿਆ ਅਤੇ 2 ਮੁਲਜ਼ਮ ਕਾਲਾ ਤੇ ਹੈਪੀ ਨੂੰ ਗ੍ਰਿਫਤਾਰ ਕਰ ਲਿਆ ਅਤੇ ਇਹਨਾਂ ਦਾ ਤੀਜਾ ਸਾਥੀ ਅਜੇ ਵੀ ਫਰਾਰ ਹੈ। ਨਕੋਦਰ ਤੋਂ ਪੁਨੀਤ ਅਰੋੜਾ ਦੀ ਰਿਪੋਰਟ। ਪਿੰਡ ਮੁਜ਼ੱਫਰਪੁਰ ਦੀ ਲੜਕੀ ਹੈ ਜਿਸ ਦੀ ਉਮਰ ਕਰੀਬ 15 ਸਾਲ ਆ, ਸੁਖਦੇਵ ਸਿੰਘ ਦੀ ਕੁੜੀ ਆ। ਉਹਦੇ ਬਿਆਨਾਂ ਦੇ ਪਰਚਾ ਦਾ ਰਜਿਸਟਰ ਕੀਤਾ, ਕਦਮਾਂ ਨੰਬਰ 263, ਮਿਤੀ 24/10/17, ਜਨੂੰ 363, 366, 376, 377, ਇਹਨਾਂ ਦੋਸ਼ੀਆਂ ਦੇ ਖਿਲਾਫ ਮੁਕਦਮਾ ਦਰਜ ਕੀਤਾ ਸੀ। ਅਸੀਂ ਇਹਨਾਂ ਦੋਸ਼ੀਆਂ ਨੂੰ ਮਿਤੀ 26/10/17 ਨੂੰ ਗੋਪਾਲ ਸਿੰਘ ਪੁੱਤਰ ਜਗਤਾਰ ਲਾਲ ਅਤੇ ਦੂਜਾ ਦੋਸ਼ੀ ਜਸਵਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਉੱਪਲ ਭੁੱਪਾ ਨੂੰ ਗ੍ਰਿਫਤਾਰ ਕੀਤਾ ਆ, ਜਿਨ੍ਹਾਂ ਦੀ ਅਸੀਂ ਜੱਜ ਸਾਹਿਬ ਦੇ ਪੇਸ਼ ਕਰਕੇ ਅਨੁਮਾਨ ਲੈ ਕੇ ਪੁੱਛਗਿੱਛ ਕਰਾਂਗੇ। ਇਹਦੇ ਵਿੱਚ ਇੱਕ ਤੀਜਾ ਦੋਸ਼ੀ ਸੰਜੇ ਕੁਮਾਰ, ਜੋ ਅਜੇ ਤੱਕ ਫਰਾਰ ਆ, ਗ੍ਰਿਫਤਾਰ ਨਹੀਂ ਹੋ ਸਕਿਆ, ਉਹਨੂੰ ਵੀ ਗ੍ਰਿਫਤਾਰ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਊਗੀ। ਸਰ, ਇਹਨਾਂ ਦਾ ਕੋਈ ਪਹਿਲਾਂ ਵੀ ਮਾਮਲਾ ਹੈਗਾ? ਨਹੀਂ, ਇਹਨਾਂ ਦਾ ਪਹਿਲਾਂ ਕੋਈ ਨਹੀਂ ਮਾਮਲਾ, ਪਹਿਲਾਂ ਕਿਸ ਰੇਟ ਕੇਸ ਰਹੀ ਇਹਨਾਂ ਦੇ।